بسم الله الرحمن الرحيم يا كاشف الكرب اكشف كربي بحق اخيك الحسين يا يا حجاب أم المصائب أدركني 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 في سبيل الله اللهم صل على محمد وآل محمد وأجل فرج آل محمد دستور جو دفن تو پہلے چکاتل تو میں ویر دا کرنا ہے الحمدللہ الحمدللہ حلا دفاق دور دی پرنی بھائن ہوئے پتہ لگ ونیل برا مار گیا یاد دی رکھی ہوئے شہن اسلام ਉਦਾਈ ਤੁਰ ਪਾਉਂਦੀ ਏ ਜਿਹਦੇ ਪੇਕੇ ਸ਼ਹਿਰੋ ਵੱਲ ਪੇਕੇ ਸ਼ਹਿਰ ਆਉਂਦੀ ਏ ਵੇਦੀ ਏ ਘਰ ਦੇ ਦਰਵਾਜ਼ੇ ਬੰਦ ਨਜ਼ਰ ਆਉਂਦੇ ਪਤਾ ਲੱਗਦਾ ਬਿਰਾ ਦਾ ਜਨਾਜ਼ਾ ਕਬਰਿਸਤਾਨ ਤੁਰ ਗਿਆ ਸਿੱਧੀ ਕਬਰਿਸਤਾਨ ਤੁਰਵਾਉਂਦੀ ਏ ਜਦਾਂ ਲੋਕ ਵੇਦੇ ਨਜ਼ਰ ਹਟ ਵੰਜੋ ਰਾਹ ਜੋ ਜਨਾਜ਼ੇ ਦੀ ਵਾਰਸ ਆ ਗਈ ਏ ਰੋਂਦੇ ਹੀ ਵਾਸਤੇ مرحبا میری تو نوکری ہے میری تو نوکری ہے ہر دفعہ کا دستور جو دفن تو پہلے نہیں لاش تو اٹھ دی بہن اے بھی نہیں سنیا پوچھ قاتل تو میں ویر دا کرنا ہے روند اس واسطے اٹھ لاش برا تو جڑ کا جھل کے میں دی امول مسائے بسائے اے آنکھ کے ڈور بھئی شام دے واسے میری قسمت ویروس ہے اللہ دفعہ کہ جتی داڑی اللہ بدل گئی زندگی در حال ہوئی اٹھ لاش برا تو جڑ کا جھل کے میری امل مسائے بسارے شام دے پاس
ਕਿਸਮਤ ਵੀਰ ਹੁਸੈਨ ਕਰ ਦੀਦ ਜਹਾਨ ਤੇ ਬੋ ਬਣੀ ਦੇ ਹੌਸਲ ਕਤਾਲ ਫਿਰਾਏ ਇੱਕ ਬੈਣ ਤੰਦਾ ਸਜੜੀ ਲਾਸ਼ ਫਿਰਾ ਜਿਹੜੀ ਲਾਸ਼ ਫਿਰਾ ਦੇ ਆਇਓ ਰਸੀਆਂ ਪਾ ਕੇ ਮੁਕੱਦਰ ਹੁਸੈਨ ਦੀਆਂ ਬਹਿਣਾਂ ਨੇ ਡਿੱਠਾ ਰੇਤ ਤੇ ਚੱਲ ਲਹਿਰਾਏ ਚੁੱਪ ਕਰਕੇ ਤੁਰ ਪਈਆਂ ਸ਼ਾਮ ਦੇ ਪਾਸੋਂ بعد فقد قال سبحانه في كتابه المجيد وفرقانه الحميد وقال الحق بسم الله الرحمن الرحيم وما خلقت الجن والانس الا ليعبدون صلوات اللهم ਦੁਆ ਹੈ ਬਾਨੀਆਂ ਨੇ ਮਜਲਿਸ ਦਾ ਸਫੇ ਮਾਤਮ ਮਜਲੂ ਮੈਂ ਕਰਬਲਾ ਬਿਛਾਇਆ ਅੱਲਾ ਪਾਕ ਦਰਬਾਰ ਚ ਮਨਜ਼ੂਰ ਫਰਮਾ ਇਸ ਘਰ ਦੇ ਇਸ ਖਾਨਦਾਨ ਦੇ ਜਿਤਨੇ ਮਰਹੂਮੀਨ ਹਨ ਅੱਲਾ ਸਗੀਰਾ ਕਬੀਰਾ ਗੁਨਾਹ ਮਾਫ ਫਰਮਾ ਤੁਸੀਂ ਜਿਤਨੇ ਕਦਮ ਚੱਲ ਕੇ ਆਇਓ ਹੁਸੈਨ ਜ਼ਹਰਾ ਨੂੰ ਪੁਰਸ ਦੇਣ ਵਾਸਤੇ ਹਰ ਕਦਮ ਤੇ ਅੱਲਾ ਸਗੀਰਾ ਕਬੀਰਾ ਗੁਨਾਹ ਮਾਫ ਬਮਾ ਖਲਕ ਤੁਰ ਜਿੰਨਾ ਵਰ ਇਨਸਾ ਅੱਲਾ ਲਿਆ ਬਦੂਨ ਮੇਰਾ ਬੰਦਾ ਤੈਨੂੰ ਇਸ ਵਾਸਤੇ ਪੈਦਾ ਕੀਤਾ ਤੂੰ ਮੈਂ ਅੱਲਾ ਦੀ ਇਬਾਦਤ ਕਰ ਤੇਰੀ ਪਹਿਚਾਨੀ ਮੇਰੇ ਦਰਬਾਰ ਚ ਝੁਕ ਜਾਏ ਇਜਾਜ਼ਤ ਹੋਵੇ ਕਰੀਮ ਰਹੀਮ ਰਹਿਮਾਨ ਅੱਲਾ ਦੇ ਦੋ ਪੈਗਾਮ ਅਰਜ਼ ਕਰ ਦੇਵਾ ਕਿਉਂ ਸਾਡੇ ਮਜਲਿਸੇ ਦਰਸੇ ਆਲ ਮੁਹੰਮਦ ਕਿਸੇ ਦੇ ਦਿਲ ਅਦਾਰੀ ਵਾਸਤੇ ਨਹੀਂ ਤਕਲੀਫ ਪਹੁੰਚਾਉਣ ਵਾਸਤੇ ਨਹੀਂ ਕਾਫੀ ਤਾਦਾਦ ਚ ਅਹਿਲ ਸੁਨਤ ਮੇਰਾ ਵਿਆਹ ਵੀ ਬੈਠੇ ਵਮਾ ਖਲਕ ਤੁਲ ਜਿੰਨਾ ਵਲ ਇਨਸਾ ਅੱਲਾ ਲਿਆ ਬਦੂਦ ਮੇਰਾ ਬੰਦਾ ਇਸ ਵਾਸਤੇ ਪੈਦਾ ਕੀਤਾ ਤੂੰ ਮੈਂ ਅੱਲਾ ਦੀ ਇਬਾਦਤ ਕਰ ਤੇਰੀ ਪਹਿਚਾਨੀ ਮੇਰੇ ਦਰਬਾਰ ਚ ਝੁਕ ਜਾਏ ਅਤੀ ਉਹ ਨੀ ਬੇਕਾਦਰ ਹਵਾ ਇਜਕੁਮ ਇਲਈਆ ਮੇਰਾ ਬੰਦਾ ਮੇਰੀ ਇਤਾਅਤ ਇਤਨੀ ਜ਼ਰੂਰ ਕਰ ਜਿਤਨਾ ਤੂੰ ਮੈਂ ਅੱਲਾ ਦਾ ਮੁਹਤਾਜ ਤਵੱਜੋ ਨਾਜ਼ ਮੇਰੀ ਇਤਾਅਤ ਇਤਨੀ ਜ਼ਰੂਰ ਕਰ ਜਿਤਨਾ ਤੂੰ ਮੈਂ ਅੱਲਾ ਦਾ ਮੁਹਤਾਜ ਹੈ ਫਿਰ ਫੌਰਨ ਪੇ ਫਰਮਾਇੰਦੇ ਮੇਰਾ ਬੰਦਾ ਮੇਰੀ ਨਾਫਰਮਾਨੀ ਇਤਨੀ ਕਰੇ ਜਿਤਨੀ ਜਹੰਨਮ ਦੀ ਅੱਗ ਬਰਦਾਸ਼ਤ ਕਰ ਸਕੇ ਕਿਉਂ ਇਤਾਤ ਨਾਲ ਪਰਾਏ ਆਪਣੇ ਹੁੰਦੇ ਨਾਫਰਮਾਨੀ ਨਾਲ ਆਪਣੇ ਵੀ ਪਰਾਏ ਹੋਏ ਪਹਿਲੀ ਗੱਲ ਇਤਾਤ ਇਤਨੀ ਜ਼ਰੂਰ ਕਰ ਜਿਤਨਾ ਤੂੰ ਮੈਂ ਅੱਲਾ ਦਾ ਮੁਹਤਾਜ ਹੈ ਤਵੱਜੋ ਹੋਏ ਕਰੀਮ ਰਹੀਮ ਰਹਿਮਾਨ ਅੱਲਾ ਪੇ ਫਰਮਾਇੰਦੇ ਮੇਰਾ ਬੰਦਾ ਤੂੰ ਮੇਰਾ ਬਣ ਮੈਂ ਤੇਰਾ ਬਣ ਵੈਸੇ ਤੇਰੀ ਕਰੀਮੀ ਤੂੰ ਕੁਰਬਾਨ ਹੋ ਤੁਹਾਡਾ ਅਦਬ ਨਾਲ ਮਜ਼ਲੂਮ ਦੇ ਮਜਲਿਸ ਚ ਬਾਣਾ ਮੈਂ ਅਜ਼ੀਮ ਬਾਦ ਤੂੰ ਮੇਰਾ ਬਣ ਮੈਂ ਤੇਰਾ ਬਣ ਵੈਸਾ ਕਰੀਮ ਪੇ ਫਰਮਾਇੰਦਾ ਮੇਰਾ ਬੰਦਾ ਪਹਿਲੇ ਜਿਵੇਂ ਮੈਂ ਤੈਕੂ ਆਦਾ ਤੂੰ ਉਵੇਂ ਕਰ ਫਿਰ ਮੈਂ ਅੱਲਾ ਵਾਦਾ ਪੇ ਕਰੇ ਨਾ ਮੇਰਾ ਬੰਦਾ ਜਿਵੇਂ ਤੂੰ ਆਖਸੇ ਮੈਂ ਅੱਲਾ ਉਵੇਂ ਕਰੇਂਦਾ ਵੈਸਾ ਦਿਲ ਲਾ ਕੀ ਸੂਰਜ ਚੜ੍ਹਨ ਨਾ ਦੇਵੇ ਦਿਲ ਲਾ ਕੀ ਲਹਣ ਨਾ ਦੇਵੇ ਅਲਹਮਦੁਲਿਲਾ ਹੈਦਰੀ ਇਹ ਮਕਾਮ ਮਿਲਿਆ ਜਾਂ ਕੋਈ ਨਾ ਸੁਣਦੇ ਨਾ ਇੱਕ ਚੜ੍ਹਨ ਨਹੀਂ ਦਿੰਦਾ ਦੂਸਰਾ ਲਾਹਣ ਨਹੀਂ ਦਿੰਦਾ ਚਾਚਾ ਅੱਜ ਗੁਜ਼ਾਰੇ ਮਕਾਮ ਮਿਲਿਆ ਜਾਂ ਕੋਈ ਨਾ ਇੱਕ ਚੜ੍ਹਨ ਨਹੀਂ ਦਿੰਦਾ ਦੂਸਰਾ ਲਾਹਣ ਨਹੀਂ ਦਿੰਦਾ ਇਹ ਗੱਲ ਜ਼ਾਕਰੀਨ ਵਾਇਜ਼ੀਨ ਆਪਣੇ ਕੋਲੀ ਕੋਲੀ ਕਰ ਛੁੜੇ ਇੱਕ ਚੜ੍ਹਨ ਨਹੀਂ ਦਿੰਦਾ ਦੂਸਰਾ ਲਾਹਣ ਨਹੀਂ ਦਿੰਦਾ ਅਲਾਮਾ ਹੁਸੈਨ ਬਖਜਾੜਾ ਲਿਖ ਦਿਨ ਖੜਾ ਦੁਸ਼ਮਣ ਦੇ ਦਰਬਾਰ ਵਿੱਚ ਪੂਰਾ ਦਿਨ ਝੂਠਿਆਂ ਪੀਰਾਂ ਦੀਆਂ ਤਾਰੀਫਾਂ ਹੁੰਦੀਆਂ ਨੇ ਇਹਨਾਂ ਸਾਜ਼ਿਸ਼ ਕੀਤੀ ਅਲੀ ਦੇ ਮੰਨਣ ਵਾਲੇ ਨੂੰ ਉਸ ਵਕਤ ਮਿੰਬਰ ਦੇ ਵੇਲੇ ਜਦੋਂ ਸੂਰਜ ਗਰੂਬ ਹੋਣ ਦਾ ਵਕਤ ਸੀ ਮੌਜ਼ਨ ਅਜ਼ਾਨ ਦੇ ਸੀ ਤਵੱਜੋ ਹੋਏ ਪੂਰਾ ਦਿਨ ਝੂਠਿਆਂ ਪੀਰਾਂ ਦੀਆਂ ਤਾਰੀਫਾਂ ਹੁੰਦੀਆਂ ਰਹੀਆਂ ਜਦੋਂ ਸੂਰਜ ਗਰੂਬ ਹੋਣ ਦਾ ਵਕਤ ਹੋਇਆ ਆਦਰ ਆਪ ਹੀ ਅਬੂ ਮਨਸੂਰ ਮੁਜ਼ੱਫਰ ਤਵੱਜੋ ਰਿਆਜ਼ ਹੁਸੈਨ ਆਪ ਹੀ ਅਬੂ ਮਨਸੂਰ ਮੁਜ਼ੱਫਰ ਤੁਸੀਂ ਆਪਣੇ ਮੁਰਸ਼ਿਦ ਅਲੀ ਦੇ ਫਜ਼ਾਇਲ ਪੜ੍ਹ ਲਏ ਅਲਾਮਾ ਲਿਖ ਦੇ ਅਬੂ ਮਨਸੂਰ ਮੁਜ਼ੱਫਰ ਮਿੰਬਰ ਤੇ ਆ ਕੇ ਮੁਤਮਾਇਨ ਹੋ ਕੇ ਖੜ ਗਏ ਪਰੇਸ਼ਾਨ ਨਹੀਂ ਹੋਇਆ ਇਹਨਾਂ ਅੰਦਰ ਵੇਖ ਕੇ ਮੁਸਕਰਾ ਕੇ ਆਦੇ ਮੁਰਸ਼ਿਦ ਦੇ ਫਜ਼ਾਇਲ ਬਾਅਦ ਹੀ ਪੜ੍ਹ ਸਭ ਪਹਿਲੇ ਸੂਰਜ ਨਾਲ ਇੱਕ ਗੱਲ ਕਰਨ ਦੇ ਅਲਹਮਦੁਲਿਲਾਹ ਅਲਹਮਦੁਲਿਲਾਹ ਬਿਸਮਿਲ੍ਲਾਹ ਕਰਮ ਨਵਾਜ਼ੀ ਦਾ ਕੋਈ ਜੋਹਰ ਸਮਝ ਨਹੀਂ ਆਉਂਦਾ ਬਿਸਮਿਲ੍ਲਾਹ
किधर हर समाज च नहीं आंदा इन्हें बुलाओ ना आवाज दो राखी बैठा है दुआ खुल्द विच आंदा गलियां विच तू पीर अली दी गल करना है धना करी समाज च नहीं बिस्मिल्लाह उस वक्त तक अपनी जगह तो हरकत ना पे करे जब तक मैं मुतमैन हो के अपने मुर्शिद अली दे फजाइल ना पढ़ गल याद है तू मेरा बन मैं तेरा बन वैसे पहले जिवें मैं तय को आदा तू उवें कर फिर मैं अल्लाह वादा पे करे ना जिवें तू हक से मैं अल्लाह उवें करे लगा पर शर्त ए है तेरे दिल च विलाए अली होवे विलाए अली तो दिल ए खाली फिर कोई भी अमल काबिल कबूल तवज्जो भाई अति उरी बेकदर है हवा है जो कुम इलैया इताअत इतनी जरूर कर जितना तू मैं अल्लाह दा मोहताज कई बंदे सोचे दिन असा अल्लाह दे मोहताज कितने करीम खालिक पे फरमाते मेरा बंदा मोहताजी देखना चाहता है मोहताजी दा अंदाजा करना चाहता है देखना चाहता है तू मैं अल्लाह दा मोहताज कितना है फिर मैं अल्लाह तन एक तरीके पे दसना मेरा बंदा मोहताजी दा अंदाजा खुद कर तवज्जो भाई साल दे महीने बना महीने दे दिन बना दिन दे घंटे बना घंटिया दे मिनट बना मिनटा दे सेकेंड बना मेरा बंदा सेकेंड का भी कोई ऐसा लम्हा कर सकता है जैले तू मैं अल्लाह दा मोहताज ना हो तवज्जो भाई अगर तेरी मोहताजी का कोई लम्हा मेरे बगैर नहीं ना गुजरता फिर मैं अल्लाह एक मशवरा पे देना मशवरा पसंद आवे दुआ जरूर फरमा अगर तेरी मोहताजी का कोई लम्हा मेरे बगैर नहीं ना गुजरता फिर मैं अल्लाह एक मशवरा पे देना 24 घंटे चो 23.5 घंटे अपने काम कर अद्धा घंटा मैं तू चे दे ओ भी तेरी सहूलत वास्ते त्रै किस्त बना ले तवज्जो भाई 10 मिनट सुबह वाज 10 मिनट ज़ुहरैन वाज 10 मिनट मगरे बहन आके अपनी नमाज इमाम ज़माना पाक दे दफ्तर जम चकरा तेरी नमाज जाने तेरा इमाम जाने मैं कबूल करन अल्लाह जाना तवज्जो भाई 10 मिनट मशवरा पसंद आया करी मना 10 मिनट सुबह आवाज 10 मिनट जोहर आना आवाज 10 मिनट मगरे बहन आके अपनी नमाज इमाम जमाना पाक दे दफ्तर जमा चकरा तेरी नमाज जाने तेरा इमाम जाने मैं कबूल करने वाला अल्लाह जाने दा तवज्जो भाई 5 काम इन मुश्किल आवने भी तेरे ते जरूर है पहला वो काम में जदा ना मौत इस तू नबी भी घबरा गए तफसीली नहीं मजना चाहते मौत कबर माशर दी गर्मी माशर दी प्यास पुल्ले सराब करीम पे फरमाते 5 काम हैं मुश्किल आवने भी तेरे ती जरूर हैं मौत कबर माशर दी गर्मी माशर दी प्यास पुल्ले सराब 5 काम हैं मुश्किल आवने भी तेरे ती जरूर हैं जे मुकद्दर साथ दें दे अकल साथ दें दे आज इन्हा 5 मुश्किल वास्ते कोई 5 मुश्किल को शाह तलाश कर जरा कबर इस तरह कम आवे माशर दी गर्मी तेरे ते साया मुहैया करे जल्ले तेन मौत आवन लगे मोढ़ा हला के आके घबरा नहीं तू कोई बेवारिस नहीं मैं अली तेरी मुश्किल को शाही वस्ते आ अल्हम्दुलिल्लाह बड़ी मकबूल रूहानियत अली मजलिस तवज्जो ने आज हुसैन अल्लाह पैदा कीते इबादत दे वास्ते वमा खलकतुल जिन्ना वल इंसा इल्ला लियाबुदून पैदा तो कीते इबादत दे वास्ते दसना जरूरी समझदा इबादत दा लुत्फ मारफत दे बगैर आ ही नहीं सकदा समझदार पढ़े लिखे अकीदे वाले चेहरे मेरे सामने तशरीफ फरमाए इबादत दा लुत्फ मारफत दे बगैर आंदा नहीं जिन्हां ने मारफत हो गई इतना लुत्फ आया अल्लाह दी इबादत विच एक ओ आरिफ है जिहड़ा मस्जिद दे मेहराब विच बह के रीश मुबारक तले हाथ रख के आसमान दर में क्या ना बैठे तेरी इबादत जन्नत दे लालच तू ना करेगा इन गलत तभी बोले करो यार थोड़ी जिंदगी दराज हो कि सोने अंदाज दे नाल शिया दा इमाम अकीदा तौहीद ज़्यादा बैठे तेरी इबादत जन्नत दे लालच तू ना करेगा लालच दी इबादत मजदूर दी इबादत है फिर फरमाते ना तेरी इबादत जहन्नम दे खौफ तू करे ना जो खौफ दी इबादत गुलाम दी इबादत है कुर्बान वजा हुसैन दा बाबा दा बैठे तेरी इबादत इस वास्ते करे ना तू मैं अली नो लाए के इबादत नजर आ ले ना जन्नत दे लालच तू ना जहन्नम दे खौफ तू तेरी इबादत इस वास्ते करे ना तू लाए के इबादत दूसरा आरिफ जिस पंजी हज पैदल कीते ते सवारियां भी नाल आए कह पुछिया मौला हज ते पैदल क्यों गए मौला
ਮੁਸਕਰਾ ਕੇ ਫਰਮਾਉਂਦੇ ਨੇ ਆਕਮੁਲ ਹਾਕਮੀਨ ਦੇ ਦਰਬਾਰ ਹੀ ਸਵਾਰ ਹੋ ਕੇ ਵੰਜਾ ਮੈਂ ਹਸਨ ਨੂੰ ਸ਼ਰਮ ਆਉਂਦੀ। ਸਵਾਰੀਆਂ ਵੀ ਨਾਲ ਹੁੰਦੀਆਂ, ਮੈਂ ਅੱਲਾ ਦੇ ਦਰਬਾਰ ਪੈਦਲ ਹਾਜ਼ਰ ਹੋ। ਆਖਰੀ ਲਫ਼ਜ਼ ਬਾਈ, ਤੀਸਰੇ ਆਰਿਫ ਦੀ ਹੱਦ ਮੁੱਕ ਗਈ, ਜਿਹਨੂੰ ਅੱਲਾ ਪਿਆਦਾ ਮੇਰਾ ਮੁਹੰਮਦ ਮੇਰੀ ਇਬਾਦਤ ਕੰਮ ਕਰ, ਤੇਰੇ ਪੈਰਾਂ ਤੇ ਵਰਮ ਆਉਂਦੇ ਨੇ, ਪਸੀਨਾ ਆਉਂਦਾ, ਮੈਂ ਬਰਦਾਸ਼ਤ ਨਾ ਕਰ ਸਕਦਾ, ਮੇਰੀ ਇਬਾਦਤ ਕੰਮ ਕਰ, ਕੁਰਬਾਨ ਵੰਜਾ ਜਵਾਬ ਸੈਂਡ ਜ਼ਹਰਾ ਦਾ ਬਾਬਾ ਪਿਆਦਾ, ਜਿਵੇਂ ਹੱਕ ਹਨ ਤੇਰੀ ਇਬਾਦਤ ਦਾ, ਉਵੇਂ ਤਾਂ ਮੈਂ ਮੁਹੰਮਦ ਅਦਾ ਹੀ ਨਾ ਪਿਆ ਕਰ। ਉਹ ਨਮਾਜ਼ੀ ਹੈ ਸਰ ਸਜਦੇ 'ਚ, ਕਿਹੜਾ ਨਮਾਜ਼ੀ ਜਿਹਨੂੰ ਅੱਲਾ ਪਿਆਦਾ ਮੇਰਾ ਮੁਹੰਮਦ, ਵੇਖੋ ਮੇਰੇ ਪਾਸ ਬਸ ਐਪ ਸ਼ੁਰੂ ਪਿਆ ਕਰ, ਉਹ ਨਮਾਜ਼ੀ ਜਿਹਨੂੰ ਅੱਲਾ ਪਿਆਦਾ ਮੇਰਾ ਮੁਹੰਮਦ ਮੇਰੀ ਇਬਾਦਤ ਕੰਮ ਕਰ, ਤੇਰੇ ਪੈਰਾਂ 'ਤੇ ਵਰਾ ਮੰਗ। ਸਰ ਸਜਦੇ 'ਚ ਮੇਰਾ ਮੁਰਸ਼ਿਦ ਹੁਸੈਨ ਪੁੱਛਤੇ ਰਾਬਤਾ ਕਰਕੇ ਪਿਆਦੇ ਨੇ, ਕਰੀਮ ਅੱਲਾ ਅੱਗੇ ਤਾਂ ਪਿਆਦਾ ਮੇਰੀ ਇਬਾਦਤ ਕੰਮ ਕਰ, ਤੇਰੇ ਪੈਰਾਂ 'ਤੇ ਵਰਾ ਮੰਗਦੇ ਨੇ, ਪਸੀਨਾ ਆਉਂਦਾ, ਮੈਂ ਬਰਦਾਸ਼ਤ ਨਾ ਕਰ ਸਕਦਾ, ਹੁਣ ਮੇਰੇ ਵਾਸਤੇ ਕਿਆ ਹੁਕਮ ਹੈ? ਮੇਰਾ ਸਰ ਹੈ ਤੇਰੇ ਸਜਦੇ, ਤੇਰਾ ਹੁਸੈਨ ਹੈ ਮੇਰੀ ਪੁਸ਼ਤ ਹੈ, ਆਵਾਜ਼ ਤੌਹੀਦ ਆਈ ਮੇਰੇ ਮੁਹੰਮਦ। ਉਸ ਵਕਤ ਤੱਕ ਸਜਦੇ 'ਚੋਂ ਸਰ ਨਾ ਪਿਆ ਚਾਵੇ ਜਦ ਤੱਕ ਮੇਰਾ ਹੁਸੈਨ ਆਪਣੀ ਮਰਜ਼ੀ ਨਾਲ ਨਾ ਲਹਿਆ। ਮੈਂ ਵੇਖਦਾ ਪਿਆ ਕਈ ਅੱਖਾਂ ਜਿਹਨੂੰ ਹਾਲੀਆ ਥਾਲੇ ਅਸੂ ਆ ਗਏ, ਨਾਨੇ ਦੀ ਪੁਸ਼ਤ ਲਹਿ ਕੇ ਦੀਵਾਰ ਨਾਲ ਖੜ ਗਿਆ ਮੇਰਾ ਮੁਰਸ਼ਦ ਹੁਸੈਨ। ਬੱਕਰ ਬਾਰਾ ਲਿਓ, ਸ਼ਾਹਪੁਰਾ ਲਿਓ, ਸਰਗੋਦਿਆ ਲਿਓ, ਰੋਂਦਾ ਖੜਾ, ਰੋਂਦਾ ਖੜਾ, ਆਦਾ ਖੜਾ, ਉਹ ਮੇਰਾ ਨਬੀਆਂ ਦਾ ਨਬੀ ਨਾਲ ਤੁਸਾਂ ਸਜਦਾ ਦਿੱਤਾ, ਮੇਰੀ ਵਜ੍ਹਾ ਤੋਂ ਸਜਦਾ ਲੰਬਾ ਹੋਇਆ, ਨਾਨਾ ਤਕਲੀਫ ਵੀ ਜ਼ਰੂਰ ਹੋਈ ਸੀ, ਨਾਨਾ ਮੇਰੇ ਦੇ ਰਵੇ, ਮੈਂ ਵੀ ਤਾਂ ਹੁਸੈਨ ਆ, ਕਰ ਵਾਲਾ ਟੁਰ ਆਵੇ, ਟਿੱਬੇ ਤੇ ਬਹਿ ਰਵੇ, ਵੇਦਰ ਆਵੇ, ਨਾਨਾ ਮੈਂ ਤੇਰੇ ਗਿਣ ਗਿਣ ਕੇ ਉਧਾਰ ਲਾਇਆ ਸੀ, ਨਾਨਾ ਤੁਸਾਂ ਸਜਦਾ ਦਿੱਤਾ, ਕੋਈ ਤਕਲੀਫ ਕੋਈ ਪਰੇਸ਼ਾਨੀ ਨਹੀਂ, ਦਾ ਮੁਹਰਮ ਸਜਦਾ ਦਿੱਤਾ, ਤਰੇ ਦਿਨਾਂ ਦਾ 100 ਸਾ ਅਲੀ ਅਕਬਰ ਦੇ ਪੁੱਤਰ ਦੀ ਲਾਸ਼ ਚਾ ਕੇ ਅਬਾਸ ਦੇ ਬਾਜ਼ੂ ਕਾਸਿਮ ਦਾ ਟੁਕੜਾ, ਨਾਨਾ ਵਾਅਦਾ ਪੇ ਕਰੇ ਨਾ, ਤੁਸਾਂ 70 ਦਫ਼ਾ ਤਸਬੀਹ ਪੜ੍ਹੀਏ, ਕਰ ਭਲਾ ਮੈਂ 72 ਦੇ ਸਾਂ, ਇਹ ਵਾਅਦਾ ਪੂਰਾ ਹੋਇਆ ਜਾਂ ਕੋਈ ਨਾ? ਗਵਾਹੀ ਦੱਸੋ, ਜਿਹੜੇ ਚਿੱਟੀਆਂ ਦਾੜੀਆਂ ਵਾਲੇ ਬਦਲੋ ਬੈਠੇ ਹੋ, ਇਹ ਵਾਅਦਾ ਪੂਰਾ ਹੋਇਆ ਜਾਂ ਕੋਈ ਨਾ? ਤੁਸਾਂ 70 ਦਫ਼ਾ ਤਸਬੀਹ ਪੜ੍ਹੀ, ਕਰ ਬਲਾ ਜ਼ਿੰਦਗੀ ਦਰਾ, ਮੈਂ 72 ਦੇ ਸਾਂ, ਸਾਦਾਤ ਗੈਰ ਸਾਦਾ, ਤੁਸਾਂ ਇੰਤਜ਼ਾਰ ਨਹੀਂ ਕਰਵਾਈ, ਇੰਤਜ਼ਾਰ ਨਾ ਕਰਾਵਾਂ, ਹੱਥ ਦੁਆ ਦੇ ਬੁਲੰਦ ਕਰੋ, ਇੱਕ ਦੁਆ ਮੰਗਵੇ ਨਾ, ਤੁਸਾਂ ਫਕਤ ਅਮੀਨ ਅਕਸੋ, ਮੈਂ ਅੰਦਾਜ਼ਾ ਕਰ ਲੈ ਸਾਂ ਮੈਂ ਕਿਤਨਾ ਮਸਾਇਬ ਪੜਨਾ। ਦੁਆ ਮੰਗੋ ਕਿ ਪੁੱਤਰ ਦੇ ਨਾਲ ਮਾਂ ਕੈਦ ਨਾ ਹੋਵੇ, ਕਿ ਪੁੱਤਰ ਦੇ ਨਾਲ ਮਾਂ ਕੈਦ ਨਾ ਹੋਵੇ, ਕਿ ਮੇਰਾ ਨਾਲ ਭੈਣਾ ਕੈਦ ਨਾ ਹੋਵੇ, ਬਾਕਰ ਦਾ ਬਾਬਾ ਤੇਰਾ ਆਪਣਾ ਹੌਸਲਾ ਸੱਜੇ ਵੇ, ਤੇ ਮਾਂ ਕੜੀਆਂ ਪਾਈ ਖੜੀਏ, ਭਲਾ ਹੋਏ ਭਲਾ ਹੋਏ ਭਲਾ ਹੋਏ, ਸੱਜੇ ਵੇ ਤੇ ਮਾਂ ਕੜੀਆਂ ਪਾਈ ਖੜੀਏ, ਖੱਬੇ ਵੇ ਤੇ ਹੁਸੈਨ ਦੀ ਜ਼ਖਮੀ ਕਰਨ ਵਾਲੀ ਦੀ ਸਕੀਨਾ, ਇੱਕ ਪੈਰ ਚੈਂਦੀ ਰੱਖਦੀ ਹੈ, ਦੋਵਾਂ ਚੈਂਦੀ ਰੱਖਦੀ ਆ, ਵੀ ਸਜਾਦ ਫਿਰਾ ਮੇਰੇ ਪੈਰਾਂ ਤੇ ਵਰਾ ਮਾ ਗਿਆ, ਭਲਾ ਹੋਈ ਭਲਾ ਹੋਈ ਭਲਾ ਹੋਈ, ਮੇਰੇ ਪੈਰਾਂ ਤੇ ਵਰਾ ਮਾ ਗਿਆ ਨਾ, ਮੇਰਾ ਬਿਮਾਰ ਫਿਰਾ ਆ ਗਈ ਹੈ ਉੱਥੇ ਜਿੱਥੇ ਆਵਣ ਦੇ ਲੈ ਕੇ ਨਾਈ। ਬਜ਼ੁਰਗਾਂ ਦੇ ਲਫ਼ਜ਼ ਆ ਗਈ ਉੱਥੇ ਜਿੱਥੇ ਆਵਣ ਦੇ ਲੈ, ਸ਼ਾਮ ਦਾ ਦਰਬਾਰ ਏ ਕਾਤਿਲ ਇਨਾਮਤ ਤੋਂ, ਪਰ ਉਸ ਦਿਨ ਮਕਤੂਲਾਂ ਦੀਆਂ ਧੀਆਂ ਤੇ ਬਹਿਣਾ ਚੁੱਪ ਕਰਕੇ ਇੱਕ ਦੀਵਾਰ ਨਾਲ ਰੱਖਣੀ, ਏਡੀ ਗੁਰਬਤ, ਤਖਤ ਬਹਿ ਕੇ ਸ਼ਰਾਬ ਪੀ ਕੇ ਆਦਾ ਬੈਠਾ, ਮੈਂ ਬਾਕੀ ਮਰਾਇਆ, ਇੱਕ ਗੱਲ ਕੀਤੀ ਇਸ ਅਲੀ ਦੀ ਧੀਆ ਦੀ, ਅੰਮਾ ਫਿਜ਼ਾ ਹੁਣ ਪਿੱਛਾ ਹਟਣਾ, ਸਈਦਾਂ ਦੀ ਦਾਈ ਹੈ ਸਾਡੀ ਤਾਂ ਸਹਿਣ ਹੈ ਨਾ, ਆਦੀ ਹੈ ਧੀ ਅਲੀ ਦੀ, ਕਿਵੇਂ ਆਦੀ ਪਿੱਛੇ ਹਟ ਵੱਜ, ਕਿਵੇਂ ਹੱਟਾ ਸਾਹਮਣੇ ਲੋਕ ਸ਼ਰਾਬ ਪੀ ਰਹੇ, ਬੀਬੀ ਆਦੀ ਸੁਣਦੀ ਪਈ, ਆਦਾ ਬੈਠਾ ਮੈਂ ਬਾਗੀ ਮਰਾਇਆ, ਇਹੋ ਗੱਲ ਦੱਸਣ ਤਾਂ ਮੈਂ ਸ਼ਾਮ ਆਈਆਂ, ਨਹੀਂ ਤਾਂ ਮੈਂ ਜ਼ੈਨਬ ਕੋ ਜਾ ਸ਼ਰਾਬੀ ਦਾ ਦਰਬਾਰ ਕੋ ਜਾ। ਅਲੀ ਦੀ ਧੀ ਨੂੰ ਸਦੇ ਦਿਨ ਫਾਤਿਹ ਸ਼ਾਮ ਤੇ ਫਤਿਹ ਕੀਤੀ ਸ਼ਾਮ ਖੁਤਬਿਆਂ ਦੇ ਨਾਲ, ਇਜਾਜ਼ਤ ਹੋਵੇ ਅਲੀ ਦੀ ਧੀ ਦਾ ਸ਼ਾਮ ਦੇ ਦਰਬਾਰ ਦਾ ਇਹ ਖੁਤਬਾ ਕਰ ਦੇਵਾਂ, ਜਿਸ ਖੁਤਬੇ ਨਾਲ ਸ਼ਾਮ ਫਤਿਹ ਕੀਤੀ ਹੈ, ਕੁਰਬਾਨ ਵੰਜਾ ਜਦਾ ਆਖਿਆ ਸੀ ਨਾ ਮੈਂ ਬਾਗੀ ਮਰਾਇਆ। ਖੁਤਬੇ ਦਾ ਉਸੂਲ ਹੈ, ਪੜ੍ਹੇ ਲਿਖੇ ਚਿਹਰੇ ਮੇਰੇ ਸਾਹਮਣੇ ਬੈਠੇ ਨੇ, ਪਹਿਲੇ ਅੱਲਾ ਦੀ ਵਾਹਦਾਨੀਅਤ ਬਿਆਨ ਕੀਤੀ, ਬਤ ਨਾਨੇ ਦੀ ਰਸਾਲਤ ਬਿਆਨ ਕੀਤੀ, ਬਤ ਬਾਬੇ ਦੀ ਵਿਲਾਇਤ ਬਿਆਨ ਕਰਕੇ ਨਾ, ਬੀਬੀਆਂ ਦੀਆਂ ਉਹ ਦਰਬਾਰ ਵਾਲਿਓ, ਉਹ ਮੁਲਕਾਂ ਦੇ ਸਫੀਰੋ,
سنتے پہ وہ تخت بہ کے شراب پی کے آدھا بیٹھے میں باغ ہی مرایا اس کو لئے کچھ پوچھ کے دیو جدہ کلمہ پڑھ دے وہ ادھا نانا ہے یا میں زینب دا نانا ہے اپنے نبی دیا 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 چادر لہا کے بھلا ہوئی بھلا ہوئی اتنی کافی ہے اتنی کافی ہے زندگی دراز ہوئے بھائی اجہ تو محمد یہ دی دے سکتی ہے نا اس کو لئے کچھ پوچھ کے دیو جدہ کلمہ پڑھ دے وہ ادھا نانا ہے یا میں زینب دا نانا ہے اپنے نبی دیا 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 چادر لہا کے شراب پی کے آدھا بیٹھا میں باغ ہی مرا ہے تاریخ آدھی علی دی دید خطبہ بلاندو ہے دربار جا ہر چل بچی ہے سفیر ہے کسیوں چھوڑ دیتی ہیں ذمہ داری نہ اللہ سے پیدا روم دا سفیر اگا وقت کیا دے کمینہ دھوکھا دیتا ہی کیڑا دھوکھا تو تا دا میں باغ ہی مرا ہے یہ تا اپنے نبی دے گھر برباد کی دے تو کیوں جی مسلمان ہے سادہ نبی عیسیٰ اون دا گھوڑا گھوڑے دے سوم اسا غلاف جلا پیٹ کے گرجے چ رکھے ہوئے اسا عبادتاں قربتاں ون کے سوم چم دیا تیرا کیسا دین ہے تیرے سامنے تیرے نبی دیا دھیاں یا کھڑیا تو شراب بیٹھے پینے اور چھوٹی بچی آدھی کھڑیا میں نے پیرا تیوارا باغ ہے صدقے میرے پیرا تیوارا باغ ہے میرا بیمار بھرا ویڈ دے بالکل قریب آ گیا تاریخ آدھیا دربار جا حال چل بچی ہے سمجھ گئے اگر علی دی دید خطبہ رہ جاری میری محنت تو ایسی برباد جڑے شام دے زوار بیٹھے ہو ہن وی ویکھ آئے ہو وہ منظر ہن وی نظر آندا ہے جتنے مؤذن بیٹھے اس دربار وچ آدھے دیر نہ کرو اذان شروع کرو مؤذن آدھے حیا نے وی آندا اذان دا وقت نہیں ہویا آدھے بھاں وقت نہیں ہویا اے ہاشمی کرندن اذان دے اترا تو سا آزان شروع کرے سو علی دی دی خاموش ہو ویسے اگر علی دی 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 خطبہ رہا جاری میری محنت ویسے برباد تو سا مردو او مستور ہے توڑا آواز بلندوں نے قربان ونیا شام دے دربار آزان نہ شروع ہویا زاکر بڑھ کے ممرت نہیں آیا کھڑا توڑے وطن دا عزیزہ توڑی دعا مانا مولا عزت بخشی ہے آواز آئیے اللہ اکبر میرا امام آدھے تیری کبرے آئی وستے رت ودا ہوئی بھلا ہوئی بھلا ہوئی اللہ اکبر تیری کبرے آئی وستے رت ودا ہونا اشہادو اللہ الہ الا اللہ علی دی دیا دیا تیری شہادت وستے چادر لٹائی ودیا آواز آئیے اشہادو اللہ محمد رسول اللہ زینب زنان ہے بی بی آدھے تو دعا دو بیٹا ہوئے میں جت گیا اُلڈا سا جتیا کونے ہریا کونے آدھار جی تیرے نانے دنائے یا حسین دے نانے دنائے قربان ونیا علی دی دید خطبہ بلند ہوئے ایک علی مولا دا صحابی ہے دو اکھا تو نبی نے ایک صفائی دا موڑا ہلا کیا دا میرا ہاں دا لہل ہے اللہ دے لات ڈسا میں علی دے خطبے سنے ہوئے علی دے کیڑا پتر خطبے دے دکھڑے صفایا دے شکر کر کے کوئی نواز اکا ہونیا دربار چمار ونیا آدھا یارا دے کہوئے نا علی دے پترا دی دیارا دے کر رہا آدھا نا علی اے علی دے کوئی پترے علی دی وڈی دی زہلاوے او شرابی نا علی ہے نا علی دا کوئی پتر ہے علی دی وڈی دھی زینب روندہ ہویا دیوارہ ٹکرا مریندہ ہویا علی مولا دا صحابی گھر آیا ہے منظر زہرج بناوے سر زخمی ہے پیشانی زخمی ہے سینہ زخمی ہے
अपनी दीन वादे जीवन दा फायदा कोई नहीं, तलवार मैं कुदे मेरे बाजू च लप के शराबी दे दरबार घिनवा दिया दिए बाबा पहले दसा जे तन मारे उनू पता कोई ना तू अली दा सहाबी है आदे मेरी धी गल बाद च करे हुण जीवन दा फायदा कोई नहीं तलवार मैं कुदे मेरे बाजू च लप के शराबी दे दरबार घिनवा देखो अज भी रोवन नहीं आता अपने मुकद्दर नू आके आदे बाबा ਕਿਵੇਂ ਗੱਲਾਂ ਪਿਆ ਕਰੇ ਨਾ ਮੈਂ ਜ਼ੈਨਬ ਦੀ ਕਨੀ ਦਾ ਉਹ ਸ਼ਰਾਬੀ ਦਾ ਦਰਬਾਰ ਆਦਾ ਨਾ ਪਰੋ ਨਾ ਮੈਂ ਕਰਵਾ ਦਰਬਾਰ ਚ ਜ਼ੈਨਬ ਆਈ ਖੜੀਏ ਗੇਲ ਨਾ ਭਰ ਜਾਏ ਮਦਨ ਉਹਦਾ ਬੁਰਕਾ ਕੋਈ ਸੁਭਾਨ ਅੱਲਾਹ ਭਲਾਵੇ 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 ਵਾਰ ਕਰ ਕਰ ਸ਼ਰਾਬੀ ਦੇ ਦਰਬਾਰ ਘਿੰਨਾਈਏ ਆਦੀਏ ਬਾਬਾ ਅਜੀਬ ਰੰਗ ਦੇ ਕੈਦੀ ਇੱਕ ਇਹੋ ਜਿਹਾ ਕੈਦੀ ਏ ਕਮਲ ਝੁਕੀ ਹੋਈ ਏ ਅੱਖਾਂ ਚੋਂ ਰਾਤ ਬਈਵਾਦੀ ਏ ਮੇਰੀ ਜੀ ਉਸੇ ਕੈਦੀ ਦੇ ਕੋਲ ਘਿੰਨਵਾਏ ਆਦਾ ਬੰਦਾ ਖੁਦਾ ਮੇਰਾ ਹੋਵੇ ਨਾ ਲਾਉਂਦਾ ਮੈਂ ਅਲੀ ਦਾ ਸਹਾਬੀ ਹਾਂ ਅੱਲਾ ਦੇ ਨਾਂ ਦੇ ਨਜ਼ਾਰ ਕਹਿੰਦਾ ਪੁੱਤਰ ਅਵਾਲ ਆਇਆ ਚਾਚਾ ਹੁਸੈਨ ਦਾ ਪੁੱਤਰ ਸਜਾਦ ਸਜਾਦ ਦਾ ਨਾਮ ਆਇਆ ਅਲੇ ਕਿਵੇਂ ਮੰਨਾ ਮੇਰੀ ਧੀ ਪਿਆ ਦੇ ਤੇਰੀ ਕਮਰ ਝੁਕੀ ਹੋਈ ਹੈ ਤੇਰੀ ਅੱਖਾਂ ਚੁਰਾ ਦੇ ਪਈ ਵਾਂਦੀ ਹੈ ਤੂੰ ਤਾਂ 23 ਸਾਲਾਂ ਦਾ ਕਰੀਅਰ ਜਵਾਨ ਆਵੇ ਅੱਲਾ ਦੇ ਨਾਂ ਦੇ ਨਜ਼ਾਰ ਦਾੜੀ ਚਿੱਟੀ ਕਿਉਂ ਹੋ ਗਈ ਹੈ ਕਮਰ ਕਿਉਂ ਝੁਕ ਗਈ ਹੈ ਆਦਾ ਚਾਚਾ ਚਾ ਦੱਸਵਾ ਮੈਡੀ ਅਕਬਰ ਕਮਰ ਰੋੜ ਗਿਆ ਮੜ ਠੀ ਗਏ ਚਮਾ ਨਥਵਾਏ ਦਰਬਾਰ ਦੀ ਵਾਹ ਬਾਈ ਉਹ ਜ਼ਿੰਦਗੀ ਦਾ ਰਾਜ ਹੈ ਇਹਨੇ ਅਕਬਰ ਦਾ ਜਿਵੇਂ ਅਲੀ ਦੀ ਧੀ ਦੀ ਗੁਰਬਤ ਰੋਦਾ ਬੈਠਾ ਹੈ ਬਿਸਮਿਲਲਾ ਕਰਾ ਆਦਾ